ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ, ਜਿੱਥੇ ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾਗਤੀ ਬਖਸ਼ ਕੇ ਦੇਹਧਾਰੀ ਗੁਰੂ ਨੂੰ ਮੰਨਣ ਤੋਂ ਇਨਕਾਰ ਕੀਤਾ ਅਤੇ ਸਿੱਖ ਕੌਮ ਨੂੰ ਬਾਣੀ ਅਤੇ ਬਾਣੇ ਨਾਲ ਜੋੜ ਕੇ ਆਪ ਜੋਤੀ ਜੋਤ ਸਮਾ ਗਏ। ਇਸ ਪਵਿੱਤਰ ਨਗਰੀ ਦੇ ਦਰਸ਼ਨ ਕਰਨ ਵਾਸਤੇ ਬਹੁਤ ਸਾਰੀਆਂ ਸੰਗਤਾਂ ਵਿਆਕੁਲ ਹਨ। ਪੰਜਾਬ ਤੋਂ ਬਹੁਤ ਸਾਰੀਆਂ ਸੰਗਤਾਂ ਟ੍ਰੇਨ ਦੁਆਰਾ ਅਤੇ ਹੋਰ ਵਾਹਨਾਂ ਦੁਆਰਾ ਜਾਂਦੇ ਹਨ। ਆਓ ਅੱਜ ਆਪ ਜੀ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਤੁਸੀਂ ਆਪਣੀ ਗੱਡੀ, ਕਾਰ, ਸਕਾਰਪੀਓ ਜਾਂ ਹੋਰ ਜੋ ਵੀ ਵਾਹਨ ਗੁਰੂ ਸਾਹਿਬ ਜੀ ਨੇ ਆਪ ਨੂੰ ਬਖਸ਼ਿਆ ਹੈ ਉਸ ਦੁਆਰਾ ਹਜ਼ੂਰ ਸਾਹਿਬ ਕਿਵੇਂ ਜਾ ਸਕਦੇ ਹੈ, ਕਿੰਨਾ ਕੁ ਸਫ਼ਰ ਪੈਂਦਾ ਹੈ, ਕਿੰਨਾ ਕੁ ਖਰਚਾ ਤੁਹਾਡੀ ਜੇਬ 'ਚੋਂ ਜਾਂਦਾ ਹੈ, ਕਿਹੜਾ ਰਸਤਾ ਤੁਹਾਡੇ ਵਾਸਤੇ ਖਤਰੇ ਵਾਲਾ ਹੈ, ਕਿਸ ਜਗ੍ਹਾ 'ਤੇ ਤੁਹਾਨੂੰ ਰਿਹਾਇਸ਼ ਅਤੇ ਲੰਗਰ ਪਾਣੀ ਦਾ ਪ੍ਰਬੰਧ ਮਿਲ ਸਕਦਾ ਹੈ। ਆਓ ਜੁੜੇ ਰਹੋ ਸਰਵਣ ਸਿੰਘ ਨਿਰਵੈਰ ਖਾਲਸਾ ਦੇ ਨਾਲ, ਲੈਂਦੇ ਹਾਂ ਪੂਰੀ ਜਾਣਕਾਰੀ ਲੁਧਿਆਣਾ ਤੋਂ ਸ੍ਰੀ ਹਜ਼ੂਰ ਸਾਹਿਬ ਯਾਤਰਾ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਚੱਲੇ ਹਾਂ ਗੁਰਦੁਆਰਾ ਦੁੱਖ ਭੰਜਣ ਸਾਹਿਬ ਲੁਧਿਆਣਾ ਤੋਂ। ਸਾਡੇ ਕੋਲ ਨਵੀਂ ਗੱਡੀ ਹੈ ਸਕਾਰਪੀਓ ਅਤੇ ਅਸੀਂ ਦੋਸਤਾਂ ਨੇ ਇੱਕ ਪਲਾਨ ਬਣਾ ਕੇ ਗੁਰੂ ਮਹਾਰਾਜ ਜੀ ਅੱਗੇ ਅਰਦਾਸ ਕਰਕੇ ਯਾਤਰਾ ਸ੍ਰੀ ਹਜ਼ੂਰ ਸਾਹਿਬ ਵਾਸਤੇ ਚਾਲੇ ਪਾ ਦਿੱਤੇ ਹਨ। ਕੁਝ ਅਹਿਮ ਜਾਣਕਾਰੀਆਂ ਹੈ, ਸੰਗਤਾਂ ਧਿਆਨ ਦੇਣ, ਜਦ ਵੀ ਤੁਸੀਂ ਇਸ ਯਾਤਰਾ 'ਤੇ ਜਾਣਾ ਹੈ ਆਪਣੀਆਂ ਲੋੜਵੰਦ ਸਮਾਨ ਜੋ ਵੀ ਵਸਤਾਂ ਹਨ, ਦਵਾਈਆਂ ਤੋਂ ਲੈ ਕੇ ਖਾਣ ਪੀਣ ਦੇ ਸਮਾਨ ਤੱਕ ਆਪਣੀ ਗੱਡੀ ਵਿੱਚ ਅਵੇਲੇਬਲ ਰੱਖਣੀਆਂ ਹਨ। ਅਤੇ ਖਾਸ ਤੌਰ 'ਤੇ ਹਜ਼ੂਰ ਸਾਹਿਬ ਦੀ ਯਾਤਰਾ ਦੌਰਾਨ ਗਵਾਲੀਅਰ ਤੋਂ ਬਾਅਦ ਦਾ ਜੋ ਰਸਤਾ ਹੈ ਇੰਦੌਰ ਤੱਕ ਦਾ, ਇਹ ਖਤਰੇ ਤੋਂ ਖਾਲੀ ਨਹੀਂ ਹੈ, ਜੰਗਲ ਹੈ। ਰਸਤੇ ਤਾਂ ਬਹੁਤ ਵਧੀਆ ਬਣੇ ਹਨ ਪਰ ਉਜਾੜ ਹੈ, ਬੀਆਬਾਨ ਹੈ ਅਤੇ ਇਸ ਇਲਾਕੇ ਵਿੱਚ ਕਾਫੀ ਸਾਰੀਆਂ ਵਾਰਦਾਤਾਂ ਹੁੰਦੀਆਂ ਹਨ ਜਿੱਥੇ ਪੰਜਾਬ ਤੋਂ ਆਈ ਇਕੱਲੀ ਗੱਡੀ ਵੇਖ ਕੇ ਕੁਝ ਗੱਡੀਆਂ ਮਗਰ ਲੱਗ ਕੇ ਉਹਨਾਂ ਨੂੰ ਲੁੱਟ ਲੈਂਦੇ ਹਨ, ਜਿਸ ਕਰਕੇ ਸੰਗਤਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਜੇ ਆਪਣੇ ਕੋਲ ਆਪਣੇ ਸ਼ਸਤਰ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ੇ ਹਨ ਕੋਲ ਹੋਣ ਅਤੇ ਸਿੰਘਾਂ ਦਾ ਗਰੁੱਪ ਹੋਵੇ ਜਾਂ ਸਾਡੇ ਕੋਲ 3-4 ਗੱਡੀਆਂ ਇਕੱਠੀਆਂ ਹੋਣ ਤਾਂ ਸਾਡੇ ਵਾਸਤੇ ਬਹੁਤ ਵਧੀਆ ਸਹੂਲਤ ਹੋ ਸਕਦੀ ਹੈ। ਬਾਕੀ ਮੈਂ ਇਹ ਬੇਨਤੀ ਚਾਹਾਂਗਾ ਕਿ ਇਸ ਸਾਰੇ ਸਫ਼ਰ ਦੇ ਦੌਰਾਨ ਆਪ ਜੀ ਨੂੰ ਖਾਸ ਤੌਰ 'ਤੇ ਮੇਰੀ ਰਿਕੁਐਸਟ ਹੈ ਕਿ ਤੁਸੀਂ ਦਿਨੇ ਦਿਨੇ ਦਾ ਸਫ਼ਰ ਕਰਨਾ ਹੈ ਅਤੇ ਰਾਤ ਨੂੰ ਉੱਥੋਂ ਦੇ ਆਉਣ ਵਾਲੇ ਕਿਸੇ ਵੀ ਗੁਰਦੁਆਰੇ ਸਾਹਿਬ ਵਿੱਚ ਰਿਹਾਇਸ਼ ਦਾ ਪ੍ਰਬੰਧ ਰੱਖ ਲੈਣਾ ਹੈ ਤਾਂ ਕਿ ਇਸ ਅਜਾਣ ਇਲਾਕੇ ਵਿੱਚੋਂ ਤੁਸੀਂ ਪੂਰੇ ਸੁਰੱਖਿਅਤ ਰਹਿ ਸਕੋ ਅਤੇ ਆਪ ਜੀ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ। ਬਾਕੀ ਸਾਰਾ ਸਫ਼ਰ ਬਹੁਤ ਰੋਮਾਂਚਕ ਹੈ। ਆਓ ਆਪ ਜੀ ਨੂੰ ਪੂਰੇ ਸਫ਼ਰ ਦੀ ਜਾਣਕਾਰੀ ਦਿੰਦੇ ਹਾਂ ਅਤੇ ਕਿੱਥੇ ਰੁਕ ਸਕਦੇ ਹਾਂ, ਕਿੰਨੇ ਕਿਲੋਮੀਟਰ 'ਤੇ ਕਿਹੜਾ ਗੁਰਦੁਆਰਾ ਹੈ। ਆਓ ਆਪ ਜੀ ਨੂੰ ਵਿਚਾਰ ਸਾਂਝੇ ਕਰਦੇ ਹਾਂ ਅਤੇ ਦਰਸ਼ਨ ਕਰੋ ਯਾਤਰਾ ਸ੍ਰੀ ਹਜ਼ੂਰ ਸਾਹਿਬ ਬਾਈ ਕਾਰ ਅਸੀਂ ਕਿਵੇਂ ਗਏ। Thank you.
Thank you.
Thank you.
Thank you.
Thank you.
ਹੋ